ਮੰਤਾਂ ਨੇ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ 26ਵਾਂ ਦਸ਼ਮੇਸ਼ ਪੈਦਲ ਅਲੌਕਿਕ ਮਾਰਚ ਨਗਰ ਕੀਰਤਨ ਰੂਪ ਦੇ ਵਿੱਚ 21 ਦਸੰਬਰ ਤੋਂ ਤਖ਼ਤ ਕੇਸਗੜ੍ਹ ਦੇ ਕਿਲ੍ਹਾ ਅਨੰਦਪੁਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਜਗਰਾਓਂ ਦੇ ਪਿੰਡ ਲੰਮੇ ਪੂਰਾ ਜੱਟਪੁਰਾ ਪਹੁੰਚਿਆ ਜਿੱਥੇ ਇੱਕ ਰਾਤ ਦਾ ਵਿਸ਼ਰਾਮ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਵਿੱਚ ਫੁੱਲਾਂ ਦੀ ਪਾਲਕੀ ਵਿੱਚ ਸਜਿਆ ਹੋਇਆ ਗੁਰੂ ਸਾਹਿਬ ਦਾ ਰੂਪ ਤੇ ਪੰਜ ਪਿਆਰਿਆਂ ਦੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਵਿੱਚ ਗੁਰਦੁਆਰਾ ਮਹਿਤਿਆਣਾ ਸਾਹਿਬ ਸ਼ਾਮ ਪਹੁੰਚਿਆ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਸਾਹਿਬ ਦੀ ਪਾਲਕੀ ਦੇ ਪਿੱਛੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ। ਜਿੱਥੇ ਹੁਣ 21 ਦਿਨ ਵਿਸ਼ਰਾਮ ਤੋਂ ਬਾਅਦ ਇਹ ਨਗਰ ਕੀਰਤਨ ਆਪਣੇ ਆਖਰੀ ਪੜਾਅ ਤਖਤੂਪੁਰਾ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਨਾ ਸਾਹਿਬ ਲਈ ਰਵਾਨਾ ਹੋਏਗਾ। ਜਗਰਾਓਂ ਤੋਂ ਪੰਜਾਬ ਬਿਊਰੋ ਚੀਫ ਦਵਿੰਦਰ ਜੈਨ ਦੀ ਰਿਪੋਰਟ, ਅਸ਼ਨੀ ਸ਼ਰਮਾ ਕੈਮਰਾਮੈਨ, ਜੋਗਿੰਦਰ ਸਿੰਘ ਚੌਹਾਨ ਦੇ ਨਾਲ ਖਬਰ ਫਾਸਟ 24। ਪੂਰੇ ਵਿਰਾਸਤ ਨੂੰ ਸੰਭਾਲ ਰਹੇ ਆ ਐਸਜੀਪੀਸੀ ਵੱਲੋਂ ਕਿੰਨਾ ਕੁ ਸਾਨੂੰ ਬਹੁਤ ਵੱਡਾ ਮਾਣ ਆ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਤੋਂ ਬਾਬਾ ਜੋਰਾ ਸਿੰਘ ਜੀ ਲੱਖਾਂ ਵਾਲਿਆਂ ਨੇ ਇਹ ਜਿਹੜੀ ਆਰੰਭਤਾ ਕੀਤੀ ਸੀ, ਇਹ ਬਹੁਤ ਇੱਕ ਚੰਗੀ ਆਰੰਭਤਾ ਹੋਈ। ਉਸ ਤੋਂ ਬਾਅਦ ਬਾਬਾ ਕੁਲਵੰਤ ਸਿੰਘ ਜੀ ਇਸ ਨੂੰ ਸਾਂਭ ਰਹੇ ਨੇ, ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਵਿਰਾਸਤ ਨੂੰ ਸਾਂਭਣਾ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਤੁਸੀਂ ਆਪ ਹੀ ਇਹਨਾਂ ਤੋਂ ਹੀ ਇਸ ਗੱਲ ਦੀ ਜਾਣਕਾਰੀ ਲੈ ਲਓ ਕਿ ਮੁੱਢ ਤੋਂ ਜਿੱਥੋਂ ਤੋਂ ਨਗਰ ਕੀਰਤਨ ਆਰੰਭ ਹੁੰਦਾ ਉੱਥੋਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨਗਰ ਕੀਰਤਨ ਦਾ ਪੂਰਨ ਸਹਿਯੋਗ ਕਰਦੀ ਹੈ। ਇਹ ਕੋਈ ਆਸਾਨ ਨਹੀਂ ਕਰਦੀ ਕਿਉਂਕਿ ਇਹ ਨਗਰ ਕੀਰਤਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ, ਇਤਿਹਾਸ ਨਾਲ ਜੁੜਿਆ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਿਲ੍ਹਾ ਇਹ ਤੋਂ ਛੱਡਣਾ ਅਤੇ ਫਿਰ ਆਪਣਾ ਦਮਦਮਾ ਸਾਹਿਬ ਤੱਕ ਪਹੁੰਚਣਾ, ਇਹ ਸਾਰੇ ਦੀ ਜਿਹੜੀ ਹੈ ਇਹ ਸੰਗਤ ਬਹੁਤ ਵੱਡੇ ਭਾਵਨਾ ਦੇ ਨਾਲ ਜੁੜਦੀ ਆ। ਅਤੇ ਜਿਵੇਂ ਬਾਬਾ ਕੁਲਵੰਤ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਇੱਕ ਦਰਿਆ ਸੰਗਤਾਂ ਦਾ, ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਸੰਗਤਾਂ ਭਾਵਨਾਤਮਕ ਤੌਰ 'ਤੇ ਇਸ ਨਗਰ ਕੀਰਤਨ ਨਾਲ ਜੁੜਦੀਆਂ। ਗੁਰ ਕਿਰਪਾ ਕਰੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਜਿਵੇਂ ਇੱਥੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਆ, ਹਰ ਸਿੱਖ ਅਰਦਾਸ ਕਰਦਾ, ਇਸ ਨਗਰ ਕੀਰਤਨ ਵਿੱਚ ਇਹ ਵੀ ਇੱਕ ਅਲੌਕਿਕ ਗੱਲ ਆ ਕਿ ਜਦੋਂ ਵੀ ਆਰੰਭਤਾ ਹੁੰਦੀ ਆ, ਸਮਾਪਤੀ ਹੁੰਦੀ ਆ, ਅਤੇ ਉਸ ਕਿਸਾਨ ਮੋਰਚੇ ਦੀ ਚੜ੍ਹਦੀ ਕਲਾਰੀ, ਉੱਥੇ ਬੈਠੇ ਸਿੰਘਾਂ ਦੀ ਚੜ੍ਹਦੀ ਕਲਾਰੀ ਜਿੱਤ ਦੇ ਵਾਸਤੇ ਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਆ, ਇੱਕ ਬਹੁਤ ਚੰਗਾ ਉਪਰਾਲਾ। ਸੋ ਇਸ ਮੌਕੇ 'ਤੇ ਜਿੱਥੇ ਮੈਂ ਬਹੁਤ ਸਤਿਕਾਰ ਦਿੰਦਾ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ, ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਂਭਿਆ, ਗੁਰ ਇਤਿਹਾਸ ਨੂੰ ਜਿਹੜਾ ਦ੍ਰਿੜ ਕਰਾ ਰਹੇ ਨੇ, ਸੰਗਤਾਂ ਨੂੰ ਜੋੜ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਸੇਵਾ। ਅਤੇ ਜਿੰਨੇ ਵੀ ਨਾਲ ਚੱਲਦੇ ਨੇ ਉਹਨਾਂ ਸਾਰਿਆਂ ਦੀ ਬਹੁਤ ਵੱਡੀ ਸੇਵਾ, ਅਸੀਂ ਸਾਰਿਆਂ ਦੇ ਇਹਨਾਂ ਦੀ ਸੇਵਾ 'ਤੇ ਸਿਰ ਕਹਿੰਦੇ ਇਹਨਾਂ ਦੇ ਪੈਰਾਂ 'ਤੇ ਸਿਰ ਰੱਖ ਕੇ ਅਸੀਂ ਨਮਸਕਾਰ ਕਰਦੇ ਹਾਂ। ਸਮੁੱਚੀਆਂ ਸੰਗਤਾਂ ਦੇ ਇਸ ਜਜ਼ਬੇ ਨੂੰ ਸਤਿਕਾਰ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਹ ਨਗਰ ਕੀਰਤਨ ਬਾਬਾ ਜੋਰਾ ਸਿੰਘ ਜੀ ਦੇ ਮਹਾਨ ਉਪਰਾਲੇ ਸਦਕਾ ਸ਼ੁਰੂ ਹੋਇਆ ਔਰ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਤੋਂ ਇਸ ਨਗਰ ਕੀਰਤਨ ਦੀ ਗੁਰਦੁਆਰਾ ਮਹਿਦਾਨਾ ਸਾਹਿਬ ਵਿਖੇ ਸਮਾਪਤੀ ਆ। 21 ਦਿਨ ਵਿਸ਼ਰਾਮ ਕਰਨ ਉਪਰੰਤ ਇਹ ਦਸ਼ਮੇਸ਼ ਪੈਦਲ ਮਾਰਚ ਦੀਨਾ ਸਾਹਿਬ ਲਈ ਰਵਾਨਾ ਹੋਵੇਗਾ ਔਰ ਸਾਰੀ ਸੰਗਤ ਨੂੰ ਬੇਨਤੀ ਆ ਕਿ ਇਸ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਕਰੋ, ਲਾਹਾ ਲਿਆ ਕਰੋ, ਕਿਉਂਕਿ ਇਹ ਨਗਰ ਕੀਰਤਨ ਸਭ ਦਾ ਸਾਂਝਾ ਨਗਰ ਕੀਰਤਨ ਆ। ਇਹ ਕਿਸੇ ਦਾ ਨਗਰ ਕੀਰਤਨ ਨਹੀਂ, ਇਹ ਸਾਰੀ ਸੰਗਤ ਦਾ ਨਗਰ ਕੀਰਤਨ ਆ। ਸਾਰੀ ਸੰਗਤ ਹੀ ਆਪਣੇ ਬੱਚਿਆਂ ਨੂੰ ਗਿਆਨ ਦਿਓ ਆਪਣੇ ਕੀ ਆਪਾਂ ਸਾਰਿਆਂ ਨੇ ਉਹਨਾਂ ਗੁਰੂਆਂ ਨੇ ਸਿੱਖ ਇਤਿਹਾਸ ਕਿੱਡਾ ਆਪਣਾ ਵੱਡਾ ਇਤਿਹਾਸ ਆ। ਇਹ ਜੇ ਆਪਣਾ ਇਤਿਹਾਸ ਐਡਾ ਵੱਡਾ ਤਾਂ ਹੀ ਆਪਾਂ ਅੱਜ ਦਿੱਲੀ ਬੈਠੇ ਲੜਾਈ ਲੜੀ ਜਾਂਦੇ ਹਾਂ। ਸਿੰਘ ਲੱਖਾ ਜੀ, ਕਦੋਂ ਦਾ ਇਹ ਨਗਰ ਕੀਰਤਨ ਚੱਲ ਰਿਹਾ ਵਾ ਅਤੇ ਸੰਗਤਾਂ ਕਿੰਨਾ ਕੁ ਸਹਿਯੋਗ ਕਰਦੀਆਂ ਨੇ? ਸੰਗਤਾਂ ਜੀ ਬਹੁਤ ਸਹਿਯੋਗ ਕਰਦੀਆਂ, 26 ਸਾਲ ਤੋਂ ਚੱਲ ਰਿਹਾ। ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਬਾਬਾ ਕੁਲਵੰਤ ਸਿੰਘ ਦੀ ਲੱਖਾਂ ਦੀ ਅਗਵਾਈ ਦੇ ਵਿੱਚ ਆਉਂਦਾ ਵਾ। ਸੰਗਤਾਂ ਸਾਨੂੰ ਹਰ ਨਗਰ ਹਰ ਸ਼ਹਿਰ 'ਚ ਬਹੁਤ ਸਹਿਯੋਗ ਦੇ ਰਹੀਆਂ। ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਆਨੰਦਪੁਰ ਵਾਲੇ, ਸਿੰਘ ਸਾਹਿਬ ਜੀ ਰਘਵੀਰ ਸਿੰਘ ਆਨੰਦਪੁਰ ਵਾਲੇ, ਸਾਰੇ ਗੁਰੂ ਘਰ ਦੇ ਪ੍ਰਬੰਧਕ ਬਹੁਤ ਸੇਵਾ ਨਿਭਾ ਰਹੇ। ਕਿਸਾਨ ਵੀਰ ਵੀ ਇਸ ਟਾਈਮ ਦਿੱਲੀ 'ਚ ਬੈਠੇ ਆ, ਇੱਥੇ ਅਰਦਾਸ ਬਕਾਇਦਾ ਹੋ ਰਹੀ ਹੈ, ਕੀ ਲੱਗਦਾ ਕਿਸਾਨ ਹੁਣ ਆਪਣੀ ਲੜਾਈ ਜਿੱਤ ਲੈਣਗੇ? ਕਿਸਾਨ ਵੀਰਾਂ ਦੀ ਬਾਬਾ ਕੁਲਵੰਤ ਸਿੰਘ ਜੀ ਲੱਖਾਂ ਨੇ ਆਨੰਦਪੁਰ ਸਾਹਿਬ ਤੋਂ ਹੀ ਅਰਦਾਸ ਰੋਜ਼ ਕਰਦੇ ਹਾਂ ਜੀ, ਸਵੇਰੇ ਵੀ ਸਮਾਪਤੀ 'ਤੇ ਵੀ ਸਾਡੇ ਕਿਸਾਨ ਵੀਰ ਦਿੱਲੀ ਤੋਂ ਮੋਰਚਾ ਫਤਿਹ ਕਰਕੇ ਹੀ ਘਰਾਂ ਨੂੰ ਵਾਪਸ ਆਉਣ। ਅਸੀਂ ਚੜ੍ਹਦੀ ਕਲਾ ਦੀ ਅਰਦਾਸ ਹਰ ਰੋਜ਼ ਬਾਬਾ ਕੁਲਵੰਤ ਸਿੰਘ ਲੱਖਾਂ ਜੀ ਕਰਵਾਉਂਦੇ ਜੀ।